こと。Bye Muhammad, Ali Muhammad, Tulam Salawat, Allahumma Salli Ala Muhammad wa Ali Muhammad. اس مجلس ذاتی قبولیت واسطے ولی بلند آواز نال صلوات صلی علی محمد و آل محمد. سب تو پہلے خالق علم جزل تساں میرے بھائیاں دا عزیزاں دا بزرگاں دا اس مقدس جگہ تے ٹویا یا مولا منظور تے مقبول فرماوے. مولا تو آدھی ہے اشرے مغوئے ہم دے ڈپٹی آزاد آئے پوری سا میری سین کے وہ بھی فرما ہوئے اشرے مغوئے ہم دے بانی میرے عزت ماب واجب الاحترام مرکدوم زادہ سید حسنین شاہ صاحب میرے قبلہ غلام با صاحب قبلہ سجاد صاحب قبلہ آریہ جوید صاحب اور میرے پیارے بھائی علی میدا اللہ انہاں دی یہ ڈیوٹی عزت آئی لنگر نیاز میدا اللہ منظور تو مقبول فرماوے. میدا اللہ دشمن دوا قطع فرماوے. اس تو زیادہ مولا اس تان دے وے آپس وچ اتفاق کو اتحاد نیت فرماوے. مولا کسی دا محتاج نہ فرماوے. میری دعا ہے جو بیمار ہیں مومنین مومنات صدقہ بیماری ہے بلاد بیماری دا میرے بھائی امتیاز حسین صدقی صاحب میرے چاچا سہی ہوئے اور بھائی جعفر حسین مولا صحت کاملہ عاجلہ عنایت فرماوے. کوئی زیادہ لمبی ڈیوٹی نہیں اپنے ٹائم دے اندر ڈیوٹی ہے مظلوم دے ہونا چاہنا تو آدھی دعا اجازت ہوئے تو میں چند منٹاں دی ڈیوٹی دے ماں چاہ جتنا جتنا تو آدھے زینہ وچ محمد و آلے محمد بلاندے دو تنہیں بلاندے سلوات اجازت ہے لا حول ولا قوت الا باللہ العظيم بسم الله بے جان آواز والے پاسے توجہ نہ ہوئے
ਡਿਊਟੀ ਹੈ ਮਜ਼ਲੂਮ ਦੇ ਮੈਂ ਚਾਹਨ ਫਿਲਦਾ ਹੋਈ ਦਦੀ ਕੀਤੇ ਵੇ ਜਲੂਸ ਹਨ ਮਜ਼ਲੂਮ ਦੀ ਸ਼ਹਾਦਤ ਨੇ ਵੇ ਸੋਹਣੀ ਮੇਰਾ ਦਿਲ ਚਾਹੁੰਦੇ ਹੋ ਮਜ਼ਲੂਮ ਦੀ ਸ਼ਹਾਦਤ ਸੁਣਿਆ ਜਿਹਦੇ ਭੈਣ ਸੱਤਾਈ ਕਦਮ ਤੇ ਆਦ ਆਈਏ ਨਾ ਮਾਰ ਮੇਰਾ ਤਸਾ ਵਿਆ ਜਿਤਨੇ ਬੈਠੇ ਹੋ ਬਹੁ ਬੈਠੇ ਹੋ ਸੀਨੇ ਤੇ ਹੱਥਾਂ ਮੈਨੂੰ ਅਦਾ ਪੀਆਂ ਦਿੱਠਾ ਆਂਦਾ ਪਿਓ ਦੇਖਿਆ ਦਿਲ ਨੂੰ ਤੇ ਬੈਠੀ ਬਾਬੇ ਨੂੰ ਗੱਲ ਲਾਏ ਆਦਿ ਬੈਠੀਏ ਇਹ ਕਿਉਂ ਢੋਂਦਾ ਏ ਇਹਨੂੰ ਕਿਆ ਮਿਲ ਸੀ ਵੋ ਬੇਟੀ ਪੁੱਛਦੀ ਏ ਨੀਰਵਾ ਜੀ ਬਿਸਮਿਲ੍ਲਾ ਬਿਸਮਿਲ੍ਲਾ ਮੌਲਾ ਤੁਹਾ ਦੀ ਆਜ਼ਾਦਾ ਹੀ ਮਨਜ਼ੂਰ ਫਰਮਾਵੇ ਆਂਦਾ ਪੀਆਂ ਦਿੱਟਾ ਆਂਦਾ ਤੇ ਬੈਠੀ ਬਾਬੇ ਨੂੰ ਗੱਲ ਲਾਏ ਆਦਿ ਬੈਠੀਏ ਇਹ ਕਿਉਂ ਟੋਂਦਾ ਏ ਇਹਨੂੰ ਕਿਆ ਮਿਲ ਸੀ ਵੋ ਬੈਠੀ ਪੁੱਛਦੀ ਏ ਨੀਰਵਾ ਆਦਾ ਪੀਆਂ ਆਇਆ ਸ਼ਿਮਰ ਨਰੇ ਆਤਿਆ ਪੇ ਛੁੱਟ ਗਏ ਦਿੱਤਾ ਜਿਣ ਗਿਆ ਨਾਲ ਉਠਾਏ ਲਾਲ ਮਾਦਾ ਮੈਂ ਖੰਜਰ ਚਲੇਦਾ ਤੋਂ ਵਾਲਾ ਵਾਂਝ ਖੇਮੇ ਉਹ ਵਾਂਝ ਪਿਓ ਦਾ ਕਫਾਨ ਬਣਾ ਸੁਭਾਨ ਅੱਲਾ ਸੁਭਾਨ ਅੱਲਾ ਲਜਮਤ ਉਲਿਲਾ ਇਹ ਅੱਜ ਸਲਾਮਤ ਹੋ ਮੈਨੂੰ ਜਿਨ੍ਹਾਂ ਦੇ ਸੀਨੇ ਤੇ ਹੱਥ ਆਏ ਨਾ ਭਾਈ ਜਾਨ ਭਜਦੇ ਗੋਏ ਤੂੰ ਮੇਰੇ ਇਮਾਮ ਜ਼ੀਨ ਤੂੰ ਲੱਥੇ ਸਤਾਇਆ ਕਦਮਾਂ ਤੇ ਮੋਏ ਤਜੇ ਨੂੰ ਪੱਥਰ ਲੱਗੇ ਜ਼ਹਰਾ ਦਲਾਲ ਮੇਰੀ ਜ਼ੀਨ ਚ ਕੋਈ ਨਹੀਂ ਉਹਨਾਂ ਹੀ ਕਦਮਾਂ ਤੇ ਵਾਪਸ ਹੈ ਜਦੋਂ ਵਾਪਸ ਹੈ ਕਿਆ ਦੇਖੀਏ ਮੇਰਾ ਇਮਾਮ ਦੇ ਬਾਹਰ ਮਿੱਟੀ ਤੇ ਸੁੱਤਾ ਹੋਇਆ ਕਦਮਾਂ ਤੇ ਹੱਥ ਲਾ ਕਿਆ ਦੇ ਆਪਣੀ ਜ਼ਬਾਨ ਚ ਦੇਖ ਕਿਆ ਦੇ ਮੌਲਾ ਮੇਰੀ ਗਲਤੀ ਨਾਲ ਲੱਥਾਂ ਮੈਂ ਮਾਫੀ ਮੰਗਦਾ ਜੇ ਆਪੇ ਮਰੇ ਨਾ ਲੱਤਾਂ ਮੇਰੀ ਜ਼ੀਨ ਜਾ ਤੈਨੂੰ ਭੇਣ ਮਿਲਾਵਾਂ ਸਯਦਾ ਦੇ ਨਹੀਂ ਤੇਰੀ ਗਲਤੀ ਨਾਲ ਨਹੀਂ ਮੈਨੂੰ ਅਕਬਰ ਦੀ ਮੌਤ ਖਾ ਗਈ ਹੈ ਸਯਦਾ ਦੇ ਮੋਹਿਤ ਜੇ ਤੂੰ ਵਾਪਸ ਵਲਵੰਜ ਦੇਖਿਆ ਦੇ ਨਾ ਮੌਲਾ ਮੈਂ ਵਾਪਸ ਨਹੀਂ ਮੈਂਦਾ ਆਦੇ ਮੌਲਾ ਮੈਂ ਜੋੜੀ ਦੇ ਨਾ ਚੜ ਸਕਦੇ ਤਾਂ ਚਾਹਿਆ ਤੈਨੂੰ ਮਦੀਨੇ ਨਾਨੇ ਕੋਲ ਲੈ ਵੰਜਾ ਸਯਦਾ ਦੇ ਨਹੀਂ ਮੇਰੀ ਮੁੱਕ ਗਈ ਹੈ ਤੂੰ ਵਾਪਸ ਵਲਵੰਜ ਵਾਲਾ ਆਪਣੀ ਜ਼ਬਾਨ ਚਾਹ ਦੇ ਮੌਲਾ ਮਾਦ ਦੁੱਖੇ ਪਾਸੇ ਦਵਾ ਮੈਂ ਪਾਸਾ ਲੈਣਾ ਚੜ ਸਕਦੇ ਤਾਂ ਚੜਾ ਸਹੀਆ ਦਾਦੇ ਨਹੀਂ ਵਾਪਸ ਵਲਵਨ ਜਦਾ ਮੈਂ ਦੇ ਮਾਮਾ ਕੇ ਵਾਪਸ ਵਲਵਨ ਦੇਖਿਆ ਦੇ ਮੌਲਾ ਇਜਾਜ਼ਤ ਦੇ ਉਹ ਕਹਾਣੀ ਯਾਦ ਆ ਗਈ ਇਮਾਮ ਦੀ ਆਵਾਜ਼ ਆਉਂਦੀ ਜਲਦੀ ਗਏ ਮੇਰੇ ਕੋਲ ਟਾਈਮ ਕੋਈ ਨਹੀਂ ਮੋਏ ਤਜੇ ਦਾ ਪੀ ਜ਼ਬਾਨ ਚਾਹ ਦੇ ਮੌਲਾ ਉਹ ਵੇਲਾ ਯਾਦ ਦੇ ਆਉਂਦਾ ਮਦੀਨਾ ਤੇਰੇ ਨਾਨੇ ਮੁਹੰਮਦ ਮੌਲਾ ਤੇਰੇ ਬਚਪਨਾ ਨਾਲੇ ਮੈਦੇ ਹੀ ਬਚਪਨਾ ਜੁੰਮੇ ਦਾਨੀਆ ਤੇਰਾ ਬਾਬਾ ਮੈਨੂੰ ਤੁਹਾਡੀ ਹਵੇਲੀ ਵਿੱਚ ਲੈ ਗਏ ਹਨ ਤੁਹਾਡਿਆ ਦੋਵੇਂ ਭੈਣ ਸੱਜੇ ਖਲੋਤੀਆਂ ਤੁਸਾਂ ਦੋਵੇਂ ਖੱਬੇ ਖਲੋਤਿਆ ਵੇ ਤੇਰੇ ਬਾਬੇ ਆ ਕਾ ਜੋੜੀ ਲਾ ਮੈਂ ਜੋੜੀ ਲਈ ਆਈ ਤੇਰੀ ਮਾਂ ਕਾ ਪਾਸਾ ਲਾ ਮੈਂ ਪਾਸਾ ਲਾਇਆ ਤੁਸਾਂ ਮੇਰੀ ਜੀਨ ਚਾਹਿਆ ਵੇ ਆਪਣੀ ਜ਼ਬਾਨ ਚਾਹ ਤੁਸਾਂ ਜੀਨ ਚਾਹਿਆ ਵੇ ਤੇਰੀ ਮਾਂ ਅੰਤੇ ਲੱਗੀ ਗਈ ਆਈ ਸਾਇ ਤੂੰ ਜ਼ਿਆਦਾ ਲਾਈ ਹੈ ਜ਼ਿਆਦਾ ਚ ਜਾਉ ਲੈ ਆਈ ਹੈ ਮੈਂ ਦੇ ਜਾਲ ਚ ਵਹੀਂ ਚ ਪਾ ਧਿਆਨ ਮੈਂ ਦੋ ਦੇਖਿਆ ਜੇ ਮੋਤ ਜਦ ਮੇਰੀ ਉਹ ਜ਼ਿਆਦਾ ਰੇ ਜਿਨੋ ਨਬੀ ਦੀਆਂ ਧੀਆਂ ਹੱਥ ਨਹੀਂ ਲਾ ਸਕਦਿਆ ਉਹ ਜ਼ਿਆਦਾ ਅੱਜ ਤੈਨੂੰ ਜਾ ਪਈ ਕਵੇ ਦੀਆਂ ਜਦਾ ਮੈਂ ਦੇ ਮਜ਼ਲੂਮ ਤੇ ਆਖੀ ਵੇਲਾ ਵੇ ਨੂੰ ਆਰਾਮ ਨਾ ਲਾਵੇ
नहीं, मातम जायज़ है, जितना बैठे हो ना मातम जायज़ है। सुभान अल्लाह सुभान अल्लाह। आवाज आंदी है मौला नहीं वेंद, इमाम दी आवाज आंदी है मोहित जेज मैं तो सजदा देव है, तै क्या कह नया पई जबान चा दे मौला तू सजदा दे मैं तेरा तवाफ कैस। इमाम दी आवाज आंदी है मोहित जेज तै वफा दे हद कह छोड़ी है, लेकिन ओ मेरे वफा की थी जद में दाई हक होए नहीं, मैं ओ हुसैना जो नाने दा उठाए नहीं क्या, मैं तै दे नाल दामी दरी वादा पिया कह ना क्या मतई शहादत मेरी पड़े थी शबी तेरी बन से औला जिन्ना जुती बह के दान आई हो जी तेरी शबीद गल च बावा च पैसे रोज सानू दसा दादा कि सुभान अल्लाह सुभान अल्लाह। ॾाढे सोहणे हूंदे बैठे हो सुभान अल्लाह। आओ बिस्मिल्लाह आओ बिस्मिल्लाह वञो मेरे भाई हुई आ गए इन दी अंतरा है दो चार मिंट की इजाज़त में भाई भाई दे आवाज मौला इन दी जिंदगी फरमावे सूर्या दा पाठ दी बाद बुलंद होने। इमाम दी आवाज आंदी है वापस वल वन ਉਹ ਵੇਲੇ ਮੈਂ ਦੇ ਮਾਂ ਲੈ ਬੈਠਾ ਆਦਾ ਬੈਠਾ ਕੋਈ ਹੈ ਜਿਹੜਾ ਮੇਰੇ ਧੀਆਂ ਦੀਆਂ ਚਾਦਰਾਂ ਬਚਾਵੇ, ਕੋਈ ਹੈ ਜਿਹੜਾ ਜ਼ੈਨਬ ਦੀ ਚਾਦਰ ਬਚਾਵੇ। ਮੈਂ ਦੇ ਮਾਂ ਲੈ ਬੈਠਾ ਹੈ ਇਹਨੋ ਸ਼ਿਮੇ ਮਲੋਨ ਹੈ ਧੀ ਮਿੱਟੀ ਤੇ ਬੈਠੀ ਹੈ, ਜਦੋਂ ਧੀ ਤਦੀਦ ਪਈ ਹੈ ਸ਼ਿਮੇ ਦੇ ਕਿਆ ਦੇ ਹੁਸੈਨ ਇਹ ਕਿਆ ਲੱਗਦੀ ਹੈ। ਉਹ ਵੇਲੇ ਆਵਾਜ਼ਾਂ ਦੇ ਜ਼ਾਲੇ ਮਾਂ ਮੇਰੀ ਛੋਟੀ ਦੀ ਹੈ ਇਹ ਕਮੀਨਾ ਦੇ ਧੀਨ ਕਿਉਂ जंग जवान नाल आउंदी है तमें दी छोटी दी है सैयदा दे वापस वल वने वड्डा जाले में मैं दा इमाम सजदे विच अखे ਜ਼ਾਲਮ ਨੇ ਮੇਰੇ ਇਮਾਮ ਦੀਆਂ ਜ਼ੁਲਫਾਂ ਵਿੱਚ ਹੱਥ ਪਾਇਆ ਜਿਵੇਂ ਜੋ ਧੀ ਦੇ ਦੀ ਪਈ ਹੈ ਜ਼ਾਲਮ ਤੋਂ ਭੱਜ ਪਈ ਹੈ ਛੋਟੇ ਛੋਟੇ ਹੱਥ ਬੰਨ ਕੇ ਆ ਦੀ ਹੈ ਹੱਥ ਕਿਆਠ ਮੇਰੇ ਪਿਓ ਦੀਆਂ ਜ਼ੁਲਫਾਂ ਚੋਂ ਬਾਸ਼ਿੰਦਾ ਕਿਉਂ ਮੈਂ ਜਫਾਦਾ ਉਹ ਚੰਡ ਖਾਲੀ ਦੇ ਕਿਤੇ ਪਿਓ ਮੈਂ ਦੇ ਦੀ ਨਾ ਦੇ ਤਕਲੇ ਫਜ਼ਿਆਦਾ ਈ ਜ਼ਾਲਮ ਤੇਰਾ ਜ਼ੈਬੰਦ ਨਾਲ ਮੈਂ ਦੇ ਮਜ਼ਲੂਮ ਇਮਾਮ ਦਾ ਸਾਹਿਬ ਤਨ ਤੂੰ ਜੁਦਾ ਕੀਤਾ ਹੈ ਮੈਨੂੰ ਅੱਲਾ ਦੇ ਨਾਂ ਤੇ ਦੱਸੋ ਇਮਾਮ ਦਾ ਸਾਹਿਬ ਇੰਜ ਚਾਇਆ ਹੈ ਬੋਲੋ ਮੈਂ ਦੇ ਨਾਲ ਇੰਜ ਚਾਇਆ ਹੈ ਮਿੰਬਰ ਦੀ ਕਸਮ ਹੈ ਮੈਂ ਦੇ ਇਮਾਮ ਦਾ ਸਾਹਿਬ ਇੰਜ ਚਾਇਆਂਦਾ ਹੈ ਇਹ ਜ਼ਾਲਮ ਦੇ ਕਿਆ ਦਨ ਸ਼ਿਮੇਰ ਹੁਸੈਨ ਨੂੰ ਮੌਤ ਲਈ ਆਈ ਹੋਏ ਕਿਨੂੰ ਹੈ ਨਾ ਸ਼ਿਮੇ ਉੱਚੀ ਆਵਾਜ਼ ਨਾਲ ਹੱਸੇ ਤੇ ਉੱਚੀ ਆਵਾਜ਼ ਨਾਲ ਪਿਆਦਾ ਹੈ ਉਹਦੀ ਲਾਸ਼ ਤੇ ਵੈਂਦਾ ਉਹ ਜੈਂਦੇ ਬਾਲੂਆਂ ਤੇ ਹੱਥ ਗੋਲਾ ਸਾਦਾ ਤੁਹਾਨੂੰ ਨਾਰੇ ਉਹ ਜਿਹੜਾ ਸਾਹ ਨਹੀਂ ਛੱਡਦਾ।